ਲਾ ਲਈ 8 ਇੰਚ, ਅਤੇ ਆਪਾਂ ਕਮੀਜ਼ ਕੱਟਣਾ 8 ਇੰਚ ਦੀ, ਉਸ ਤੋਂ ਬਾਅਦ ਆਪਾਂ ਨਾਂ ਨਿਸ਼ਾਨੀ ਲਾਉਂਦੇ ਹਾਂ 4, ਇੱਥੇ ਤਾਂ ਲਾ ਲਈ, ਇਵੇਂ ਆਪਾਂ ਇੱਧਰ ਇੰਨੀ ਚਾਕਾਂ ਦੀ ਲੰਬਾਈ ਜਿੰਨੀ ਰੱਖਣੀ ਹੈ ਉੰਨੀ ਰੱਖ ਲਈ। ਆਪਾਂ 24 ਇੰਚ 'ਤੇ ਨਿਸ਼ਾਨੀ ਲਾ ਰਹੇ ਹਾਂ ਚਾਕਾਂ ਦੀ। ਆਹ ਆਪਣਾ ਬੈਕ ਗਲਾ ਜਿਹੜਾ, ਇਹਦੀ 3 ਇੰਚ 'ਤੇ ਨਿਸ਼ਾਨੀ ਲਾ ਲਈ ਹੈ। ਜਿਹੜਾ ਅਗਲਾ ਗਲਾ ਉਹਦੀ ਆਪਾਂ 7 ਇੰਚ 'ਤੇ ਨਿਸ਼ਾਨੀ ਲਾ ਲਈ। ਹੁਣ ਆਪਾਂ ਪਲੇਟਾਂ ਦੀ ਨਿਸ਼ਾਨੀ ਲਾਵਾਂਗੇ। ਪਲੇਟਾਂ ਦੀ ਨਿਸ਼ਾਨੀ ਆਪਾਂ ਲਾਉਣੀ ਆ 12 ਇੰਚ 'ਤੇ, 11.5 ਕਰਤੀ ਹੈ, 11.5। ਉਸ ਤੋਂ ਬਾਅਦ ਫਲੋਈਆਂ 'ਤੇ 7 ਇੰਚ, ਇਹ ਆਪਣੇ ਨਿਸ਼ਾਨੀਆਂ ਲੱਗ ਗਈਆਂ। ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ। ਮੋਟੇ ਕੱਟ ਦੇ ਥੋੜ੍ਹੇ ਜਿਹੇ ਨਿਸ਼ਾਨੀ ਤੋਂ ਅੰਦਰਲੇ ਪਾਸੇ ਸਿਉਣ ਆ ਜਾਊਗੀ। ਥੋੜ੍ਹੀ ਜਿਹੀ ਉਤਲੀ ਸਾਈਡ ਕਾਟ ਪਾ ਲਵੇ, ਪਿੱਛੇ ਦੇਖਣ ਵਿਚਾਰੇ ਕਰਕੇ ਨਿਸ਼ਾਨੀ। ਚਲੋ ਵਾਸਤੇ ਕੱਟਣ ਵਾਸਤੇ ਇੰਚ ਦੀ ਲੰਬਾਈ ਰੱਖਣੀ ਹੈ, ਅਤੇ ਆਪਾਂ 17 ਇੰਚ ਦੇ ਨਿਸ਼ਾਨੀ ਲਾਉਣੀ ਹੈ। ਤਿਆਰ ਹੋ ਗਈ, ਕੱਟੀਆਂ ਕਹਿੰਦਾ। ਇਹ ਆਪਾਂ ਸਲਵਾਰ ਵਾਸਤੇ ਹੈ। ਆਪਾਂ ਸਲਵਾਰ ਦੀ ਲੰਬਾਈ ਹੈ ਜਿਹੜੀ ਪੂਰੀ 41 ਇੰਚ ਲਾ ਰਹੀ ਹੈ। 10 ਇੰਚ ਪਾਸਣ ਰੱਖਦਾ, 2 ਇੰਚ ਪਹੁੰਚੇ ਵਾਸਤੇ, ਫਿਰ ਇੱਥੋਂ ਆਪਾਂ ਵਾਸਤੇ ਲਾਉਂਦੇ ਹਾਂ। ਇਨਸ਼ਾਅੱਲਾ ਸਰਕਾਰ ਕੱਟੇ ਕੇ ਸਲਵਾਰ ਦੇ ਬੁੰਦੇ ਕੱਟੇ ਗਏ। ਹੁਣ ਆਪਾਂ ਪਹੁੰਚਣ ਵਾਸਤੇ ਕੱਪੜਾ ਲੈਣਾ। ਆਪਾਂ ਪਹੁੰਚਿਆਂ ਵਾਸਤੇ ਕੱਪੜਾ
છે કારણ કે આપણે સર બહારથી પેટી વાસ્તે કપડા બિલકુલ તૈયાર પેટી.